ਹਾਂਜੀ ਸਸਤੀ ਗੱਲ ਸਾਰੇ ਉਹ ਗੱਲ ਸੁਣ ਲੋ ਬਈ ਸਾਰੇ ਠੀਕਾ ਲੈਟਰ ਉਹਨੂੰ ਪਹੁੰਚ ਚੁੱਕਾ ਹੈ ਜਿਹੜਾ ਮੈਂ ਕੱਲ ਫੜਾਇਆ ਸੀਗਾ ਆਪਾਂ ਤੇ ਉਹਦਾ ਫੋਨ ਆਇਆ ਮੈਨੂੰ ਚੇਅਰਮੈਨ ਆਫਿਸ ਦੇ ਵਿੱਚੋਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਹੋਰ ਕੀ ਕਿਸ ਤਰ੍ਹਾਂ ਤੁਸੀਂ ਕਰਨਾ ਹੈ ਮੈਂ ਸਾਰਾ ਕੁਝ ਉਹਨਾਂ ਨੂੰ ਜਿਹੜੀ ਰਹਿਦੀਆਂ ਗੱਲਾਂ ਸੀ ਨਾ ਅਸੀਂ ਮਿਲ ਕੇ ਕਰਨੀਆਂ ਸੀ ਉਹ ਮੈਂ ਫੋਨ ਤੇ ਹੀ ਦੱਸ ਦਿੱਤੀਆਂ ਉਹਨੂੰ ਫੋਨ ਆਇਆ ਸੀਗਾ ਮੈਨੂੰ ਉਹਦਾ ਹੁਣੇ ਹੀ ਤੇ ਕਹਿੰਦਾ ਆ ਸਕਦੇ ਤੁਸੀਂ ਮੈਂ ਕਿਹਾ ਅਸੀਂ ਇੱਕ ਮੁੰਡਾ ਛੱਡਿਆ ਆਇਆ ਉੱਥੇ ਜੇ ਕਹਿੰਨੇ ਤੁਹਾਨੂੰ ਭੇਜ ਦਿੰਦੇ ਕਹਿੰਦੇ ਨਹੀਂ ਭੇਜਣ ਦੀ ਲੋੜ ਨਹੀਂ ਹੈ ਗਈ ਤੁਹਾਡਾ ਮਨਪ੍ਰੀਤ ਸਿੰਘ ਨੇ ਉਹਨੂੰ ਕੀਤਾ ਸੀ ਤੇ ਮੈਂ ਕਹਿੰਦਾ ਦੇਖ ਲਓ ਜੇ ਆਣਾ ਹੈ ਤਾਂ ਮੈਂ ਹੁਣੇ 2 ਘੰਟੇ ਚ ਪਹੁੰਚ ਜਾਂਦਾ 12:00 ਵਜੇ ਤੱਕ ਕੋਈ ਗਿਆ ਸੀਗਾ ਤੇ ਉਹ ਕਹਿੰਦੇ ਚਲੋ ਕੋਈ ਨਹੀਂ ਆਉਣ ਦੀ ਕੋਈ ਲੋੜ ਨਹੀਂ ਆ ਅਸੀਂ ਜੋ ਵੀ ਪੁੱਛਣਾ ਫਿਰ ਤੁਹਾਨੂੰ ਦੁਆਰ ਤੇ ਫਿਰ ਫੋਨ ਕਰ ਲਾਂਗੇ ਤੇ ਫੋਨ ਤੇ ਹੀ ਪੁੱਛਾਂਗੇ ਕੋਸ਼ਿਸ਼ ਕਰ ਰਹੇ ਆ ਕਹਿੰਦੇ ਪੂਰੇ ਤੁਹਾਨੂੰ ਵਿਸ਼ਵਾਸ ਦੁਆਰੇ ਵੀ 30 ਅਗਸਤ ਤੱਕ ਤੁਹਾਡਾ ਕੰਮ ਖਤਮ ਕਰਨਾਗੇ ਜਿਵੇਂ ਮੈਨੂੰ ਦੁਆਰ ਤੇ ਫੋਨ ਆਂਦਰ ਨੂੰ ਸਾਰਿਆਂ ਨੂੰ ਦੱਸ ਰਿਹਾ ਠੀਕ ਹੈ ਜੀ ਜਿਹੜਾ ਪਹਿਲਾ ਲੈਟਰ ਸੀ ਉੱਚ ਰਾਜਨੀਤੀ ਜ਼ਿਆਦਾ ਸੀ ਮੁੱਦਾ ਘੱਟ ਸੀ ਇਹਦੇ ਚ ਮੁੱਦਾ ਰੱਖਿਆ ਆਪਾਂ ਮੇਨ ਪਹਿਲਾਂ ਠੀਕ ਆ ਜੋ ਜੋ ਗੱਲਾਂ ਮੇਰੇ ਦਿਮਾਗ ਪਾਤੀਆਂ ਵੇ ਦੇ ਵਿੱਚ ਬਾਕੀ ਜਿਹੜੀ ਮੁਲਾਕਾਤ ਸੀਗੀ ਉਹ ਮੈਨੂੰ ਸਿਗਾ ਯਾਰ ਮੁਲਾਕਾਤ ਹੋ ਜਾਂਦੀ ਤਾਂ ਵਧੀਆ ਸੀਗਾ ਉਹ ਫੋਨ ਤੇ ਉਹਨਾਂ ਨੇ ਗੱਲਬਾਤ ਕਰ ਲਈ ਮੇਰੇ ਨਾਲ ਠੀਕ ਆ ਹੋਰ ਵੀ ਕਹਿੰਦੇ ਸਾਨੂੰ ਕੋਈ ਦਿੱਕਤ ਹੋਏ ਤਾਂ ਕਰ ਦਾਂਗੇ ਤੇ ਕਹਿੰਦੇ ਅਸੀਂ ਫਾਈਲ ਬਣਾ ਕੇ ਲੱਗੇ ਆ ਭੇਜਾਂ ਛੇਤੀ ਤੋਂ ਛੇਤੀ ਬਸ ਵਿੱਚੋਂ ਸਾਈਨ ਹੋ ਗਈ ਨਾਲੇ ਡਿclare ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ 10ਵੀਂ ਓਪਨ ਦੇ ਵਿਦਿਆਰਥੀਆਂ ਦੀ ਕੱਲ ਮੀਟਿੰਗ ਸੀਗੀ ਪੰਜਾਬ ਬੋਰਡ ਦੇ ਚੇਅਰਮੈਨ ਦੇ ਨਾਲ ਤੇ ਉਹ ਗਏ ਸੀਗੇ 10ਵੀਂ ਓਪਨ ਦੇ ਵਿਦਿਆਰਥੀ ਜਿਹੜੇ ਮੇਨ ਮੇਨ ਮੈਂਬਰ ਨੇ ਠੀਕ ਹੈ ਜੀ 10ਵੀਂ ਓਪਨ ਦੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮਨਪ੍ਰੀਤ ਸਿੰਘ ਠੀਕ ਹੈ ਜੀ ਸੁਰਿੰਦਰ ਸਿੰਘ ਤੇ ਜਗਸੀਰ ਸਿੰਘ ਜਿਹੜੇ ਆਹ ਤਿੰਨ ਵਿਦਿਆਰਥੀ ਨੇ ਮੈਨ ਨੇ ਠੀਕ ਹੈ ਜੀ ਤੇ ਇਹਨਾਂ ਨੇ ਕੱਲ ਜਾ ਕੇ ਪੰਜਾਬ ਬੋਰਡ ਦੇ ਵਿੱਚ ਗਏ ਆ ਤੇ ਇਹ ਇੱਕ ਲੈਟਰ ਦੇ ਕੇ ਆਏ ਆ ਤੇ ਉਹਨਾਂ ਨੇ ਅੱਜ ਇਹ ਲੈਟਰ ਪੜ੍ਹ ਲਿਆ ਵਾ ਤੇ ਉਹਨਾਂ ਨੂੰ ਕਾਲ ਬੈਕ ਵੀ ਕੀਤਾ ਠੀਕ ਹੈ ਜੀ ਸਟੂਡੈਂਟ ਨੂੰ ਜਿਹੜੇ ਆਹ ਮੈਂਬਰ ਗਏ ਸੀਗੇ ਕੱਲ ਤਿੰਨ ਮੈਂਬਰ ਤੇ ਦੋਸਤੋ ਇਹਨਾਂ ਨੂੰ ਕਾਲ ਕੀਤਾ ਤੇ ਇਹਨਾਂ ਨੂੰ ਦਿਲਾਸਾ ਦਿੱਤਾ ਗਿਆ ਬਾਕੀ ਅਸੀਂ 30 ਅਗਸਤ ਤੋਂ ਪਹਿਲਾ ਪਹਿਲਾ ਤੁਹਾਡਾ ਹੱਲ ਜ਼ਰੂਰ ਕਰ ਦੇਵਾਂਗੇ ਠੀਕ ਹੈ ਜੀ ਤੇ ਦੋਸਤੋ ਦੇਖੋ ਇਹਨਾਂ ਨੇ ਲੈਟਰ ਦੇ ਵਿੱਚ ਉਹੀ ਗੱਲਾਂ ਜੋ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਸਾਰੇ 10ਵੀਂ ਓਪਨ ਵਾਲੇ ਵਿਦਿਆਰਥੀ ਉਹੀ ਗੱਲਾਂ ਲਿਖੀਆਂ ਹੋਈਆਂ ਨੇ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਸੇਵਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਸਾਹਿਬ ਠੀਕ ਹੈ ਜੀ 10ਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਕੋਸ਼ਿਤ ਕਰਨ ਸੰਬੰਧੀ ਸ਼੍ਰੀਮਾਨ ਜੀ ਉਪਰ ਜਿਹੜਾ ਇਹ ਵਿਸ਼ੇ ਵੱਲ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਕੀ 10ਵੀਂ ਓਪਨ ਦੇ ਵਿਦਿਆਰਥੀਆਂ ਦਾ ਹਾਲੇ ਤੱਕ ਕੋਈ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ ਠੀਕ ਹੈ ਜੀ ਜਦਕਿ ਜਿਹੜੇ ਦੂਸਰੇ ਸਟੇਟਾਂ ਦੇ ਅਤੇ ਜਿਹੜੇ ਨੈਸ਼ਨਲ ਓਪਨ ਸਕੂਲ ਜਿਹੜੇ ਬੋਰਡ ਆ ਠੀਕ ਹੈ ਜੀ ਜੋ ਸੈਂਟਰ ਦੇ ਅੰਦਰ ਹੁੰਦਾ ਵਾ ਉਹਨਾਂ ਦਾ ਵੀ ਬਿਨਾ ਪੇਪਰ ਦਿੱਤੇ ਹੀ ਗਏ ਨਤੀਜਾ ਡਿਕਲੇਅਰ ਕਰ ਦਿੱਤਾ ਠੀਕ ਹੈ ਜੀ ਪਰ ਪੰਜਾਬ ਬੋਰਡ ਦੇ ਜਿਹੜੇ 10ਵੀਂ ਓਪਨ ਦੇ 31000 ਵਿਦਿਆਰਥੀ ਨੇ ਠੀਕ ਹੈ ਜੀ ਉਹਨਾਂ ਦਾ ਨਤੀਜਾ ਹਜੇ ਤੱਕ ਵਿਦਿਆਰਥੀਆਂ ਦਾ ਭਵਿੱਖ ਬਿਲਕੁਲ ਹੀ ਤੁੰਦਲਾ ਪੈ ਰਿਹਾ ਵਾ ਉਹਨਾਂ ਦਾ ਨਤੀਜਾ ਹਜੇ ਤੱਕ ਨਹੀਂ ਆਇਆ ਵਾ ਜਿਸ ਵਿੱਚ ਸਰਕਾਰ ਵੱਲੋਂ ਵਿਦਿਆਰ ਤੋ ਬਾਦ ਆਰਬੀ ਦੀ ਭਰਤੀ ਅਤੇ ਹੋਰ ਕੋਰਸ ਸੰਬੰਧੀ ਬੇਨਤੀ ਕਰਦੇ ਹਾਂ ਕਿ ਸਾਡਾ ਰਿਜ਼ਲਟ ਵੀ ਪੰਜਾਬੀ A ਦੇ ਆਧਾਰ ਤੇ ਸਾਨੂੰ ਨਤੀਜਾ ਕੋਸ਼ਿਸ਼ ਕੀਤਾ ਜਾਵੇ ਠੀਕ ਹੈ ਜੀ ਜਿਵੇਂ ਕਿ ਦੇਖੋ ਇਹਨਾਂ ਨੇ ਕਿਹਾ ਵਾ ਜਿਨ੍ਹਾਂ ਨੇ 11ਵੀਂ ਕਰਨੀ ਆ ਉਹਨਾਂ ਨੂੰ ਤਾਂ ਚਲੋ ਠੀਕ ਹੈ ਹੋ ਜਾਊਗਾ ਠੀਕ ਹੈ ਜੀ ਕਿਉਂਕਿ ਸਰਕਾਰ ਨੇ ਕਹਿ ਦਿੱਤਾ ਵਾ ਉਹਨਾਂ ਨੂੰ ਪ੍ਰੋਵੀਜ਼ਨਲ ਐਡਮਿਸ਼ਨ ਮਿਲ ਜੂਗੀ 11ਵੀਂ ਦੇ ਵਿੱਚ ਪਰ ਉਹਨਾਂ ਨੂੰ ਪੇਪਰ ਦੇਣਾ ਪਊ ਪਰ ਜਿਨ੍ਹਾਂ ਨੇ 11ਵੀਂ ਨਹੀਂ ਕਰਨੀ ਅਦਰ ਕੋਈ ਕੋਰਸ ਕਰਨਾ ਆਰਮੀ ਦੀ ਭਰਤੀ ਦੇਖਣੀ ਆ ਉਹਨਾਂ ਨੂੰ ਸਰਟੀਫਿਕੇਟ ਦੀ ਲੋੜ ਹੁੰਦੀ ਆ ਇਸ ਲਈ ਸਾਡਾ ਨਤੀਜਾ ਡਿਕਲੇਅਰ ਕੀਤਾ ਜਾਵੇ ਠੀਕ ਹੈ ਜੀ ਤੇ ਪੰਜਾਬ ਬੋਰਡ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਵਿੱਚੋਂ 15000 ਤੋਂ ਲੈ ਕੇ 20000 ਤੱਕ ਦੇ ਵਿਦਿਆਰਥੀ ਉਹੀ ਨੇ ਜਿਨ੍ਹਾਂ ਨੇ ਆਰਮੀ ਦੀ ਭਰਤੀ ਦੇਖਣੀ ਆ 3 ਅਗਸਤ ਤੋਂ ਪਹਿਲਾਂ ਪਹਿਲਾਂ ਕੀਤਾ ਜਾਵੇ ਕਿਉਂਕਿ ਔਨਲਾਈਨ ਅਰਜ਼ੀਆਂ ਪਰੰਦੀ ਜਿਹੜੀ ਡੇਟਾ ਹੁੰਦੀ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਭਰ ਸਕਦੇ ਆ ਆਰਮੀ ਵਾਲੇ ਤੇ ਇਸ ਕਰਕੇ ਦੋਸਤੋ ਆਪਣੇ ਕੰਮਾਂਕਾਰਾਂ ਤੋਂ ਵਾਂਝੇ ਹੋ ਚੁੱਕੇ ਹਾਂ ਇਹਨਾਂ ਨੇ ਵਿਦਿਆਰਥੀਆਂ ਨੇ ਕਿਹਾ ਵਾ ਜਿਹੜੇ ਵਿਦਿਆਰਥੀਆਂ ਦਾ ਰਿਜ਼ ਸਾਡਾ ਜਿਹੜਾ ਨਤੀਜਾ ਬਹੁਤ ਤੀਕਸ ਤੋਂ ਪਹਿਲਾਂ ਪਹਿਲਾਂ ਜਲਦੀ ਜਲਦੀ ਕੋਸ਼ਿਸ਼ ਕੀਤਾ ਜਾਵੇ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਠੀਕ ਹੈ ਜੀ ਤੇ ਦੋਸਤੋ ਇਹੀ ਗੱਲਾਂ ਇਹਨਾਂ ਨੇ ਲਿਖੀਆਂ ਨੇ ਤੇ ਦੋਸਤੋ ਜਿਵੇਂ ਕਿ ਹਾਂ ਤੁਸੀਂ ਨਾਮ ਦੇਖ ਸਕਦੇ ਹੋ ਜਿਹੜੇ ਮੇਨ ਮੇਨ ਮੈਂਬਰ ਨੇ ਜਕਸੀਰ ਸਿੰਘ सुरेंद्र ਸਿੰਘ ਮਨਪ੍ਰੀਤ ਸਿੰਘ ਅਤੇ ਸਮੂਹ ਵਿਦਿਆਰਥੀ ਯਾਨੀ ਕਿ ਟੋਟਲ 31000 ਵਿਦਿਆਰਥੀਆਂ ਵੱਲੋਂ ਇਹ ਅਪੀਲ ਆ ਠੀਕ ਹੈ ਜੀ ਪੰਜਾਬ ਗਵਰਨਮੈਂਟ ਪੰਜਾਬ ਬੋਰਡ ਠੀਕ ਹੈ ਜੀ ਸਿੱਖਿਆ ਮੰਤਰੀ ਤੇ ਸਾਰਾ ਕੁਝ ਹੁਣ ਦੋਸਤੋ ਮੀਟਿੰਗ ਕਰਕੇ ਇਹਨਾਂ ਨੇ ਆਪਣਾ ਫੈਸਲਾ ਡਿਕਲੇਅਰ ਕਰ ਦੇਣਾ ਵਾ 31 ਅਗਸਤ ਤੋਂ ਪਹਿਲਾਂ ਪਹਿਲਾਂ ਕੀ ਉਮੀਦ ਇਹ ਹੀ ਆ ਕਿ ਤੁਹਾਡਾ ਰਿਜ਼ਲਟ ਆਜੂਗਾ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਦਿਲਾਸਾ ਦਿੱਤਾ ਵਾ ਤੇ ਬਾਕੀ ਦੋਸਤੋ ਦੇਖੋ ਫਾਈਲ ਹਜੇ ਜਾਊਗੀ ਅੱਗੇ ਤੇ ਜਦੋਂ ਵੀ ਫਾਈਲ ਜਾਈ ਫਾਈਲ ਜਾਊਗੀ ਸਾਈਨ ਹੋ ਕੇ ਹਾਂ ਬਈ ਸੱਚ ਪੂਰਾ ਹੋ ਗਿਆ ਤਾਂ ਉਸ ਵਕਤ ਉਹ ਦੋਸਤੋ ਤੁਹਾਡਾ ਨਤੀਜਾ ਡਿਕਲੇਅਰ ਕਰ ਦਿੱਤਾ ਜਾਊਗਾ ਠੀਕ ਹੈ ਜੀ ਅੱਜ ਇਹਨਾਂ ਕੋਲ ਪਹੁੰਚੀ ਆ ਦੇਖੋ ਦੋਸਤੋ ਅੱਗੇ ਦੀ ਕੀ ਕਾਰਵਾਈ ਹੁੰਦੀ ਆ ਤੇ ਦੋਸਤੋ ਆਹ ਤਿੰਨ ਵਿਦਿਆਰਥੀਆਂ ਦਾ ਤੁਹਾਨੂੰ ਸਲੂਟ ਆ ਠੀਕ ਹੈ ਜੀ ਜਿਨ੍ਹਾਂ ਨੇ ਇਹ ਕੀਤਾ ਜਗਸੀਰ ਸਿੰਘ सुरेंद्र ਸਿੰਘ ਮਨਪ੍ਰੀਤ ਸਿੰਘ ਇਹਨਾਂ ਨੇ ਇਨੀਸ਼ੀਏਟਿਵ ਲਿੱਤਾ ਇਹ ਇਹਨਾਂ ਨੇ ਪਹਿਲ ਕੀਤੀ ਆ ਠੀਕ ਹੈ ਜੀ ਨਹੀਂ ਤਾਂ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਅੱਗੇ ਇੰਨੀ ਜਲਦੀ ਨਹੀਂ ਆਉਂਦਾ ਇਹ ਜਿਹੜੇ ਵਿਦਿਆਰਥੀ ਨੇ ਤਿੰਨੋਂ ਇਹ ਸ਼ੁਰੂ ਤੋਂ ਲੱਗੇ ਹੋਏ ਨੇ ਤੇ ਹਜੇ ਤੱਕ ਅੜੇ ਹੋਏ ਨੇ ਠੀਕ ਹੈ ਜੀ 10ਵੀਂ ਓਪਨ ਦੇ ਨਤੀਜਿਆਂ ਦੇ ਬਾਰੇ ਠੀਕ ਹੈ ਜੀ ਕਿੰਨੇ ਆਏ ਕਿੰਨੇ ਚਲੇ ਗਏ ਪਰ ਇਹ ਤਿੰਨ ਵਿਦਿਆਰਥੀ ਹਜੇ ਤੱਕ ਵੀ ਲੱਗੇ ਹੋਏ ਨੇ ਠੀਕ ਹੈ ਜੀ ਸਲੂਟਾ ਤੁਹਾਨੂੰ ਤੇ ਦੋਸਤੋ ਤੁਹਾਨੂੰ ਵੀ ਇਹਨਾਂ ਸਟੂਡੈਂਟ ਤੇ ਪ੍ਰਾਊਡ ਕਰਨਾ ਚਾਹੀਦਾ ਜੋ ਕਿ ਤੁਹਾਡੇ ਖਾਤਰ ਠੀਕ ਹੈ ਜੀ ਦੇਖੋ ਕਿੱਥੋਂ ਤੋਂ ਕਿੱਥੇ ਜਾ ਰਹੇ ਨੇ ਇਹ ਕਿੱਥੇ ਦੇ ਨੇ ਠੀਕ ਹੈ ਕਈ ਜਣੇ ਪਟਿਆਲੇ ਤੋਂ ਜਾ ਰਹੇ ਆ ਕਈ ਜਣੇ ਹੁਸ਼ਿਆਰਪੁਰ ਦੇ ਨੇ ਠੀਕ ਹੈ ਜੀ ਤੇ ਦੋਸਤੋ ਦੇਖੋ ਕਿੰਨੀ ਦੂਰ ਤੋਂ ਤੁਹਾਡੇ ਖਾਤਰ ਤੇ ਆਪਣੇ ਖਾਤਰ ਵੀ ਤੇ ਤੁਹਾਡੇ ਜਿਹੜੇ 31000 ਸਟੂਡੈਂਟ ਨੇ ਉਹਨਾਂ ਦੇ ਖਾਤੇ ਲ ਜਾ ਰਹੇ ਨੇ ਤੁਹਾਨੂੰ ਵੀ ਇਹਨਾਂ ਤੇ ਪ੍ਰਾਊਡ ਕਰਨਾ ਚਾਹੀਦਾ ਤੇ ਇਹਨਾਂ ਦਾ ਥੈਂਕਸ ਕਰਨਾ ਚਾਹੀਦਾ ਵਾ ਓਕੇ ਦੋਸਤੋ ਚਲੋ ਠੀਕ ਹੈ ਜੀ ਬਸ ਮੈਂ ਤੁਹਾਨੂੰ ਅੱਜ ਦੱਸਣਾ ਸੀਗਾ ਓਕੇ ਦੋਸਤੋ ਬਾਕੀ ਕੋਈ ਵੀ ਅਗੇ ਦੀ ਕਾਰਵਾਈ ਹੋ ਕੇ ਨਿਕਲ ਕਰ ਆਂਦੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਦਵਾਂਗੇ ਓਕੇ ਦੋਸਤੋ ਚਲੋ ਠੀਕ ਹੈ ਜੀ ਵੀਡੀਓ ਜ਼ਰੂਰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕੀਤਾ ਬੰਨੇ ਨਾ ਜਿਓ ਓਕੇ ਦੋਸਤੋ ਚਲੋ ਠੀਕ ਹੈ ਜੀ ਬਾਪਾ